ਅਤਸ਼੍ਰੀਅ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਨੌ ਸ਼ਹਿਰਾਂ ਸ ਨੇ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਰਹੇ ਨੇ ਇਹ ਸਖਤ ਟ੍ਰੈਫਿਕ ਨਿਯਮ ਸਾਵਧਾਨ ਹੋ ਜਾਓ ਪੰਜਾਬੀਓ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਟ੍ਰਾਂਸਪੋਰਟ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਨਵੇਂ ਨਿਯਮਾਂ ਦੇ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧ ਹੋਣ ਦੇ 15 ਦਿਨਾਂ ਦੇ ਅੰਦਰ ਟ੍ਰੈਫਿਕ ਉਲੰਘਣਾ ਦਾ ਨੋਟਿਸ ਭੇਜਣ ਸਬੰਧੀ ਵਿਅਕਤੀ ਨੂੰ ਭੇਜਣਾ ਪਵੇਗਾ ਤੇ ਇਲੈਕਟ੍ਰੋਨਿਕ ਰਿਕਾਰਡ ਨੂੰ ਚਲਾਨ ਦਾ ਨਵੇੜਾ ਤੱਕ ਸਟੋਰ ਕੀਤਾ ਜਾਵੇਗਾ ਜ ਜਿਹੇ ਹੋਰ ਬਹੁਤ ਸਾਰੇ ਟ੍ਰੈਫਿਕ ਨਿਯਮ ਪੰਜਾਬ ਦੇ 9 ਸ਼ਹਿਰਾਂ ਦੇ ਸਮੇਤ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਲਾਗੂ ਹੋਣਗੇ ਸੜਕਾੜੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਦੇ ਹੋਏ ਮੋਟਰ ਵਾਹਨ ਐਕਟ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਚਲਾਨ ਜਾਰੀ ਕਰਨ ਲਈ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨਾ ਦੀ ਵਰਤੋਂ ਕੀਤੀ ਜਾਵੇਗੀ ਮੰਤਰਾਲੇ ਨੇ ਟਵੀਟ ਦੀ ਲੜੀ ਵਿੱਚ ਕਿਹਾ ਹੈ ਕਿ ਅਪਰਾਧ ਦੀ ਸੂਚਨਾ ਅਪਰਾਧ ਦੇ ਵਾਪਰਨ ਦੇ 15 ਦਿਨਾਂ ਅੰਦਰ ਭੇਜੀ ਜਾਵੇਗੀ ਇਲੈਕਟ੍ਰੋਨਿਕ ਨਿਗਰਾਨੀ ਦੁਆਰਾ ਇਕੱਤਰ ਕੀਤੇ ਗਏ ਇਲੈਕਟ੍ਰੋਨਿਕ ਰਿਕਾਰਡ ਨੂੰ ਚਲਾਉਣ ਦੇ ਨਿਪਟਾਰੇ ਤੱਕ ਸਟੋਰ ਕੀਤਾ ਜਾਵੇਗਾ ਨਵੇਂ ਨਿਯਮਾਂ ਅਨੁਸਾਰ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨਾ ਵਿੱਚ ਸਪੀਡ ਕੈਮਰਾ, ਸੀਸੀਟੀਵੀ ਕੈਮਰਾ, ਸਪੀਡ ਗਨ, ਸਰੀਰ ਉੱਤੇ ਲਟਕਾਉਣ ਜਾਂ ਪਹਿਨਣ ਜੋ ਕੈਮਰਾ, ਡੈਸ਼ਬੋਰਡ ਕੈਮਰਾ, ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ, ਵੇਟਿੰਗ ਮਸ਼ੀਨ, ਰਾਜ ਸਰਕਾਰਾਂ ਦੁਆਰਾ ਨਿਰਧਾਰਿਤ ਅਜਿਹੇ ਕਈ ਹੋਰ ਤਕਨੀਕ ਸ਼ਾਮਲ ਹੋਵੇਗੀ। ਮੰਤਰਾਲੇ ਦੇ ਮੁਤਾਬਕ ਰਾਜ ਸਰਕਾਰਾਂ ਇਹ ਯਕੀਨੀ ਬਣਾਉਣਗੀਆਂ ਕਿ ਜਿਹੇ ਉਪਕਰਨ ਰਾਸ਼ਟਰੀ ਰਾਜਮਾਰਗਾਂ, ਰਾਜਮਾਰਗਾਂ ਤੇ ਨਾਜ਼ੁਕ ਜੰਕਸ਼ਨਾਂ ਤੇ ਘੱਟ ਜੋਖਮ ਵਾਲੇ ਵਦੇਰੇ ਭੀੜ ਵਾਲੇ ਲਾਂਘਿਆਂ ਤੇ ਘੱਟੋ ਘੱਟ 10 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ਵਿੱਚ ਰੱਖੇ ਜਾਣ ਜਿਸ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਜ਼ਿਕਰ ਕੀਤੇ ਗਏ 132 ਸ਼ਹਿਰਾਂ ਨੂੰ ਸ਼ਾਮਲ ਹਨ ਇਸ ਵਿੱਚ ਕਿਹਾ ਗਿਆ ਹੈ ਕਿ ਇਲੈਕਟ੍ਰੋਨਿਕ ਐਨਫੋਰਸਮੈਂਟ ਉਪਕਰਨਾਂ ਨੂੰ ਇਸ ਢੰਗ ਨਾਲ ਰੱਖਿਆ ਜਾਣਾ ਚਾਹੀਦਾ ਤਾਂ ਜੋ ਆਵਾਜਾਈ ਦੇ ਪ੍ਰਵਾਹ ਵਿੱਚ ਰੁਕਾਵਟ ਜਾਂ ਸਮੱਸਿਆ ਨਾ ਆਉਣ ਨਵੇਂ ਅਧ સૂਚਣ ਨਿਯਮ ਦੇ ਅਨੁਸਾਰ ਸਥਾਨ ਮਿਤੀ ਸਮੇ ਲਈ ਇਲੈਕਟ੍ਰੋਨਿਕ ਸਟੈਂਪ ਵਾਲੇ ਇਲੈਕਟ੍ਰੋਨਿਕ ਐਨਫੋਰਸਮੈਂਟ ਉਪਕਰਨਾਂ ਦੀ ਫੋਟੋਜ਼ ਦੀ ਵਰਤੋਂ ਅਧਾਰਤ ਗਤੀ ਸੀਮਾ ਦੇ ਅੰਦਰ ਨਾ ਚਲਾਉਣ ਦਾ ਅਧਿਕਾਰਤ ਸਥਾਨਾਂ ਤੇ ਵਾਹਨ ਨਾ ਰੋਕਣ ਤੇ ਪਾਰ ਕਰਨਾ ਤੇ ਹੈਲਮਟ ਨਾ ਪਹਿਨਣ ਦੇ ਚਲਾਨ ਕਰਨ ਦੇ ਲਈ ਕੀਤੀਆਂ ਜਾਣਗੀਆਂ ਫੋਟੋਜ਼ ਦੀ ਵਰਤੋ ਲਾਲ ਬੱਤੀ ਜੈਂਪ ਕਰਨ ਜੈਂਬਰਾ ਕ੍ਰੋਸਿੰਗ ਜਾਂ ਰੁਕਣ ਦੇ ਚਿੰਨ ਦੀ ਉਲੰਘਣਾ ਕਰਨ ਵਾਹਨ ਚਲਾਉਂਦੇ ਸਮੇਂ ਹੈਂਡ ਹੈਲਡ ਸੰਚਾਰ ਉਪਕਰਨਾ ਦੀ ਵਰਤੋ ਕਾਨੂੰਨ ਨੂੰ ਉਲਟ ਟੰਗ ਨਾਲ ਦੂਜੇ ਵਾਹਨ ਨੂੰ ਲੰਗਣਾ ਜੋ ਓਵਰਟੇਕ ਕਰਨਾ ਹੋਰ ਟ੍ਰੈਫਿਕ ਨਿਜ਼ਮਾ ਦੇ ਚਲਾਨ ਜਾਰੀ ਕਰਨ ਵਾਸਤੇ ਵੀ ਕੀਤੀ ਜਾ ਸਕਦੀ ਈ ਚਲਾਨ ਪ੍ਰਣਾਲੀ 2019 ਵਿੱਚ ਲਾਂਚ ਕੀਤੀ ਗਈ ਸੀ ਤੇ ਇਹ ਕਈ ਹੋਰ ਸ਼ਹਿਰਾਂ ਦੇ ਵਿੱਚ ਮੌਜੂਦ ਹੈ ਨਵੇਂ ਨਿਜ਼ਮਾ ਦੇ ਅਨੁਸਾਰ ਸਮੂਹ ਦੇ ਨਾਲ ਮੰਤਰਾਲੇ ਉਹਨਾਂ ਸ਼ਹਿਰਾਂ ਦੀ ਗਿਣਤੀ ਵਧਾਉਣਾ ਚਾਹੁੰਦੇ ਹਨ ਜੋ ਇਸ ਤਰ੍ਹਾਂ ਇਲੈਕਟ੍ਰੋਨਿਕ ਨਿਗਰਾਨੀ ਦੇ ਯੋਗ ਹਨ ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 19 ਸ਼ਹਿਰ ਹਨ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ 17 ਆਂਧਰਾ ਪ੍ਰਦੇਸ਼ ਦੇ ਵਿੱਚ 13 ਤੇ ਪੰਜਾਬ ਦੇ ਵਿੱਚ ਹੁਣ 9 ਸ਼ਹਿਰ ਹਨ ਧੰਨਵਾਦ